السلام علیکم جی اج میں گلے دا بہت خوبصورت ڈیزائن لے کے آئی ہوں یہ کٹنگ یعنی کہ سب مین جڑا کام بنا نا کٹنگ جی ہے اگر یہ کٹنگ صحیح ہو جائے گی تو گلا بہت اچھا بن جائے گا اچھا جی میں چیپی جڑی ہے نا ڈبل کی ہوئی ہے تو یہ میزرمینٹ اوپر میں دی گئی ہوں نو یعنی کہ اٹھ انچ یعنی کہ سولہ انچ چیپی جی ڈبل کیا تو اٹھرا کی تا بکایا وہی لمبائی جڑی ہے ساڑھے سولہ انچ ہے ਇਹ ਜਿਹੜਾ ਮੈਂ ਨਿਸ਼ਾਨ ਲਗਾਇਆ ਗਲੇ ਦੀ ਚੁੜਾਈ ਦਾ ਇਹ ਮੈਂ ਲਗਾਇਆ ਹੈ 4.5 ਇੰਚ ਤੇ ਦੀ ਲੰਬਾਈ 5.5 ਇੰਚ ਦਾ ਨਿਸ਼ਾਨ ਲਗਾਇਆ ਹੈ ਇਹ ਇੱਕ ਬਾਕਸ ਬਣਾ ਲਾਂਗੇ ਇਹ ਜਿਹੜੇ ਨਿਸ਼ਾਨ ਨੇ ਇਹਨਾਂ ਨੂੰ ਆਪਸ ਵਿੱਚ ਮਿਲਾ ਕੇ ਅੱਛਾ ਜੀ ਹੁਣ ਇਹ ਜਿਹੜਾ ਨਾ ਨਿਸ਼ਾਨ ਹੈ ਇਹ ਜਿਹੜਾ ਮੈਂ ਹੁਣ ਲਗਾ ਰਹੀ ਹਾਂ 4.5 ਇੰਚ ਦਾ ਠੀਕ ਹੋ ਗਿਆ ਇੰਤ ਤੱਕ ਇਹ ਗਲੇ ਦੀ ਗੁਲਾਈ ਕਰਨੀ ਹੈ ਨੀਚੋਂ ਛੋਟਾ ਸੜਾ ਹੀ ਜਿਹੜਾ ਨੀਚੇ ਵਾਲਾ ਸਾੜੀ 6 ਵਾਲਾ ਨਿਸ਼ਾਨ ਹੀ ਨਾ ਉਹ ਤੋਂ ਤੱਕ ਅਸੀਂ ਗਲੇ ਦੀ ਵੀ ਬਣਾਣੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਂ ਕਰ ਰਹੀ ਹਾਂ ਉਸ ਤਰ੍ਹਾਂ ਉਸ ਤਰ੍ਹਾਂ ਤੁਸੀਂ ਨਿਸ਼ਾਨ ਲਗਾਉਂਦੇ ਜਾਇਓ ਇਨਸ਼ਾਅੱਲਾ ਅੱਛਾ ਬਣ ਜਾਏਗਾ ਐ ਦੇਖੋ ਜੀ ਇਹ ਵੀ ਬਣ ਗਈ ਹੁਣ ਅਸੀਂ ਗੁਲਾਈ ਕਰ ਲਾਂਗੇ ਗਲੇ ਦੀ ਮੇਰੇ ਚੈਨਲ ਤੇ ਜਿਹੜੇ ਨਏ ਨਏ ਦੇਖਣ ਵਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਮੇਰੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਅੱਛਾ ਜੀ ਆਣਾ ਮੈਂ ਸਵਾ ਇੰਚ ਦਾ ਪਹਿਲਾ ਨਿਸ਼ਾਨ ਲਗਾਇਆ ਨਹੀਂ ਸੋਰੀ ਸਵਾ ਦਾ ਨਹੀਂ ਪੌਣਾ 1 ਇੰਚ ਦਾ ਪਰ ਮੈਂ ਕਿਹਾ ਨਹੀਂ ਕੰਮ ਹੈ 1 ਇੰਚ ਦਾ ਫਿਰ ਮੈਂ ਲਗਾਇਆ 1 ਇੰਚ ਦਾ ਤੁਸੀਂ ਇਹ ਨਿਸ਼ਾਨ ਲਗਾਉਣਾ ਵਾ ਜਿਹੜਾ ਮੈਂ ਲਗਾ ਰਹੀ ਹਾਂ ਲੈਂਥ ਇਹਦੀ ਲੰਬਾਈ ਦਾ ਅੱਛਾ ਜੀ ਇਹ ਗਲੇ ਦੀ ਅਗਰ ਕਟਿੰਗ ਦੇਖਣ ਚਾਹ ਬਹੁਤ ਸਿੰਪਲ ਗਲ ਹੈ ਯਾਨੀ ਕਿ ਟਫ ਨਹੀਂ ਲੱਗਦਾ ਹੈ ਪਰ ਇਹ ਵੈਕੇ ਟਫ ਮੈਂ ਕਹਾਂਗੀ ਕਿ ਅਗਰ ਜਿਸ ਤਰ੍ਹਾਂ ਮੈਂ ਬਣਾ ਰਹੀ ਹਾਂ ਇਸ ਤਰ੍ਹਾਂ ਬਣਾਓਗੇ ਤਾਂ ਬਿਲਕੁਲ ਵੀ ਨਹੀਂ ਟਫ ਲੱਗੇਗਾ پر ای کٹنگ ہے نا وہ ذرا بس میں جدو فرس ٹائم میں بنایا ہے گلا منوں بھی یعنی کہ غلطی لگی برحال انسان کر کے ہی سیخ دا گا میں کیا چولو تارنال شیئر کرنے جی اِسی کٹنگ کر لانگے ٹوٹل گی یعنی کہ جڑی گھلائی دی کٹنگ ہے نا اینڈ تک نہیں کرنی ہے یہ بس جنی میں کیتی ہے کرنی ہے باقی اے جڑا ایک انچ کا نشان ہے وہ بھی یہی کٹنگ کر لانگے یہ جہاں درمیان چون گلا نکلیا اے یعنی کہ سوٹ نہیں دینا ہے اپنے کول ہی رکھنا ہے ہڈا یعنی کہ تے مین جڑا گلا ہے گئے ہے تے ویسے دونوں ہی مین نے بہرحال ਸਜੀਆ ਜਿਹੜੀ ਹੋਣਾ ਨਾ ਐ ਅਸੀਂ ਨਾ ਚੇਪੀ ਜੜੀਆਂ ਚੇਪੀ ਦੇ ਨਾਲ ਆਪਣੀ ਜਿਹੜੀ ਤੁਹਾਡੇ ਕੋਲ ਸੈਂਟਰਲੈਸ ਤੁਸੀਂ ਇਸਤੇਮਾਲ ਕਰਨੀ ਹੋਏਗੀ ਜਿਸ ਤਰ੍ਹਾਂ ਮੈਂ ਰੱਖ ਰੱਖੀ ਹੈ ਨਾ ਇਸ ਤਰ੍ਹਾਂ ਤੁਸੀਂ ਰੱਖ ਕੇ ਸਲਾਈਆਂ ਦਾ ਯਾਨੀ ਕਿ ਸਲਾਈ ਦਾ ਕਾ ਲ ਕੇ ਨਾ ਤੁਸੀਂ ਮੈਜ਼ਰਮੈਂਟ ਕਰ ਲੈਣੀ ਹੈ ਕਿ ਇਹ ਕਿੰਨੀ ਬਣ ਰਹੀ ਹੈ ਠੀਕ ਹੈ ਇਹ 3 ਇੰਚ ਤੋਂ 3 ਇੰਚ ਤੇ ਯਾਨੀ ਕਿ 2 ਪੁਆਇੰਟ ਉਪਰ ਸੀ ਪਰ ਮੈਂ 3 ਇੰਚ ਹੀ ਰੱਖਿਆ ਕਿਉਂਕਿ ਇਹ ਕਮ ਹੀ ਹੋਏਗਾ ਤੇ ਸਹੀ ਰਹੇਗਾ ਅਗਰ ਤੁਸੀਂ ਜ਼ਿਆਦਾ ਕਟਿੰਗ ਕਰ ਲੋਗੇ ਤੇ ਉਹ ਨਹੀਂ ਸਹੀ ਹੈ ਇਸ ਲਈ ਮੈਂ 3 ਇੰਚ ਯਾਨੀ ਕਿ ਸਾਡੀ ਉਹ ਚੜਾਈ ਬਣੀ ਹੈ ਸਾਰੀ ਜੀਪੀ ਡਾਲ ਕੇ ਤੇ ਸਾਡੀ ਦੋਨੋਂ ਸਾਈਡਾਂ ਤੇ ਜਿਹੜੀ ਮੈਂ ਰੱਖੀ ਸੀ ਸੈਂਟਰਲੈਸ ਇਹ 2 ਇੰਚ ਤੇ ਉਹ 3 ਇੰਚ ਹੁਣ ਦੇਖੋ ਜੀ ਇਹ 2 ਇੰਚ ਸਾਡਾ ਹੀ ਇਹਦੀ ਕਟਿੰਗ ਹੀ ਹੁਣ 1/2 ਇੰਚ ਅਸੀਂ ਹੋਰ ਨਿਸ਼ਾਨ ਲਗਾਵਾਂਗੇ ہے دیکھو جی یعنی کہ ٹوٹل ڈیڑھ انچ نشان ہو گیا اس طرح ہاف ہاف ہا, 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 ہی پورا نشان لگا گے اوپر تک میں درمیان چی جی لگانے سٹارٹ کر یعنی کہ ڈیڑھ انچ تھی لگا رہی ہیں کہ کوئی کمی پیشی نہ ہوئے اس لیے میں انچ انچ جڑا سٹیپ ہے وہ باہر دی طرف نکال دیتا اے دیکھو جی پورا ہی ہاف ہا, انچ دا نشان اوپر ایک لگا لینا ہے ਨਿਕ ਜ ਐਸ ਇਸ ਦਾ ਵੀ ਨਜ਼ਰ ਵਿੱਚ ਰੱਖਣਾ ਕਿ ਜਿਹੜੀ ਤੁਹਾਡੀ ਜੇਪੀ ਆ ਉਹਦੀ ਕੋਈ ਕਮੀ ਪੇਸ਼ੀ ਨਾ ਹੋਏ ਉਹ ਬਿਲਕੁਲ ਬਰਾਬਰ ਆਏ ਐਸਰਾ ਨਿਸ਼ਾਨ ਲਗਾ ਲੈਣਾ ਸਿੱਧਾ ਵੋਤਾ ਅੱਛਾ ਜੀ ਇਹਦੀ ਲੰਬਾਈ ਦਾ ਨਿਸ਼ਾਨ ਲੱਗ ਗਿਆ ਵਾ ਹੁਣ ਅਸੀਂ ਜਿਹੜੀ ਇਹਦੀ ਗਲੇ ਦੀ ਗੁਲਾਈ ਹੈ ਨਾ ਉੱਥੇ ਵੀ ਇਹ ਹਾਫ ਇੰਚ ਦਾ ਨਿਸ਼ਾਨ ਲਗਾਉਣਾ ਹੈ ਐ ਹੀ ਐਕਸਟਰਾ ਹੋਰ ਹਾਫ ਇੰਚ ਦਾ ਨਿਸ਼ਾਨ ਲਗਾ ਲਾਂਗੇ ਹੁਣ ਇਹ ਜਿਹੜੇ ਨਿਸ਼ਾਨ ਲਗਾਏ ਨੇ ਸੀ ਇਹਨਾਂ ਨੂੰ ਵੀ ਆਪਸ ਵਿੱਚ ਮਿਲਾ ਲਾਂਗੇ ਜਿਸ ਤਰ੍ਹਾਂ ਕਿ ਮੈਂ ਮਿਲਾ ਰਹੀ ਆ ਅੱਛਾ ਜੀ ਇਹ ਚੜਾ ਦੇ ਵਿੱਚ ਗਲਾ ਨਿਕਲਣਾ ਉਹਦੀ ਤੁਹਾਨੂੰ ਜ਼ਰੂਰਤ ਨਹੀਂ ਹੋਏਗੀ ਹਾਂ ਵੈਸੇ ਤੁਸੀਂ ਰੱਖ ਸਕਦੇ ਹੋ ਤੁਹਾਡੇ ਕਿਤੇ ਹੋਰ ਕੰਮ ਆ ਸਕਦਾ ਹੈ ਬਸ ਤੁਸੀਂ ਇਹ ਚੀਜ਼ ਨੂੰ ਨਜ਼ਰ ਵਿੱਚ ਰੱਖਣਾ ਹੈ ਕਿ ਜਿਹੜਾ ਤੁਸੀਂ ਦਰਮਿਆਨ ਵਿੱਚੋਂ ਗਲਾ ਨਿਕਲਿਆ ਹੈ ਉਹਦੇ ਨਾਲ ਤੁਸੀਂ ਦੋਨੋਂ ਸਾਈਡ ਵੱਲ ਸੈਂਟਰ ਲੈਸ ਨੂੰ ਰੱਖ ਕੇ ਦੇਖਿਆ ਹੀ ਤੇ ਤੁਹਾਡੀ 3 ਇੰਚ ਯਾਨੀ ਕਿ ਉਹਦੀ ਚੌੜਾਈ ਬਣੀ ਹੀ ਯਾਨੀ ਕਿ ਮੇਰੀ 3 ਇੰਚ 2 ਪੁਆਇੰਟ ਬਣੀ ਹੀ ਪਰ ਮੈਂ 3 ਇੰਚ ਹੀ ਕੀਤਾ ਹੈ ਇਹ ਕੰਮ ਹੀ ਤੁਸੀਂ ਕਟਿੰਗ ਕਰਨੀ ਹੈ ਅਗਰ ਜ਼ਿਆਦਾ ਹੋ ਗਈ ਨਾ ਤੇ ਉਹ ਕੰਮ ਖਰਾਬ ਹੋ ਜਾਏਗਾ ਇਹ ਦੇਖੋ ਜੀ ਇਹ ਮੇਰੇ ਕਿਸੇ ਕੰਮ ਦਾ ਨਹੀਂ ਪਰ ਮੈਂ ਇਹਨੂੰ ਕੋਲ ਰੱਖਾਂਗੀ ਕਿਉਂਕਿ ਇਹ ਨੈਕਸਟ ਕਿਤੇ ਕੰਮ ਆ ਜਾਏਗਾ اچھا جی سڈے اے دونوں چیزاں میں نے ایک یہ والا گلا تو ایک چڑھائی کے درمیان چ نکل ہے ایکو والا ہوں تھی یہ جنی چوڑائی رکھنی ہے اپنے حساب رکھ کے تے یہ کٹنگ کر سکتے ہو تھی ਐ ਦੇਖੋ ਜੀ ਐ ਜਿਹੜਾ ਗਲਣਾ ਸਾਡਾ ਕੁਛ ਐਸਟਰਾ ਦਾ ਆਏਗਾ। ਯਾਨੀ ਕਿ ਐਸਟਰਾ ਦਾ ਕਟਿੰਗ ਕਰਕੇ ਤਿਆਰ ਹੋਏਗਾ। ਹੁਣ ਐ ਦੇਖੋ ਐ ਜਿਹੜਾ ਦਰਮਿਆਨ ਚ ਰੱਖਾਂਗੇ ਨਾ ਐ ਦੇਖੋ ਮੈਂ ਤੁਹਾਨੂੰ ਰੱਖ ਕੇ ਦਿਖਾ ਰਹੀਆਂ ਕਿ ਜਿਹੜਾ ਸਾਈਡ ਦਰਮਿਆਨ ਵਿੱਚ ਯਾਨੀ ਕਿ ਸਪੇਸ ਬਚ ਰਿਹਾ ਇੱਥੇ ਸਾਡੀ ਸੈਂਟਰਲੈਸ ਲਗਣੀ ਹੈ। ਹੁਣ ਤੁਸੀਂ ਐ ਗਲਾ ਯਾਨੀ ਕਿ ਬਿਲਕੁਲ ਪੂਰਾ ਪੂਰਾ ਹੈ ਅਹੀ ਅਗਰ ਐਨ ਐਸ ਗਲੇ ਦਾ ਐਂਡ ਤੋਂ ਲੰਬਾਈ ਤੋਂ ਯਾਨੀ ਕਿ ਜਿਹੜਾ ਨੀਚੇ ਵਾਲਾ ਗਲਾ ਹੈ। ਉਹ ਨੂੰ نیچے ਕਰਾਂਗੇ ਨਾ ਤੇ ਸਾਡਾ ਯਾਨੀ ਕਿ ਕੰਮ ਖਰਾਬ ਹੋਏਗਾ ਨੈਕਸਟ ਹਨ ਮੈਂ ਦੋਨੋਂ ਸ਼ੇਪ ਨੂੰ ਜੋੜਦਿਆਂ ਹੋਇਆਂ ਦੱਸਾਂਗੀ ਕਿ ਤੁਸੀਂ ਯਾਨੀ ਕਿ ਕੀ ਕਰਨਾ ਹੈ ਅੰਛਾ ਜੀ ਜੋ ਵੀ ਤਾਂ ਡਿਗਲੀ ਦੀ ਜਿਹੜੀ ਚੁੜਾਈ ਹੋਏਗੀ ਤੁਸੀਂ ਉਸ ਹਿਸਾਬ ਦੇ ਨਾਲ ਜਿਹੜਾ ਦਰਮਿਆਨ ਚੋਹੀ ਗਲਾ ਕਟਿੰਗ ਦੀ ਤਾਂ ਇਹ ਨਾ ਉਹਦੀ ਤੁਸੀਂ ਆਪਣੇ ਗਲੇ ਦੀ ਉਹਦੇ ਤੇ ਗਲੇ ਦਾ ਨਿਸ਼ਾਨ ਲਗਾ ਲੈਣਾ ਹੈ ਗਲੇ ਦੀ ਚੁੜਾਈ ਦਾ ਠੀਕ ਹੈ ਐ ਮੈਂ ਤਕਰੀਬਨ ਪੂਰੇ ਇੰਚ ਦੇ ਨਿਸ਼ਾਨ ਤੇ ਗੁਲਾਈ ਕਰ ਰਹੀ ਹਾਂ ਪੂਰੇ ਗਲੇ ਦੀ ਇਹ ਨਿਸ਼ਾਨ ਲਗਾ ਕੇ ਤੁਸੀਂ ਦੀ ਕਟਿੰਗ ਕੱਢ ਲੈਣੀ ਹੈ ਹੌਂਜੜਾ ਤਾਂ ਇਹ 20 ਹੈ ਨਾ ਉਹ ਯਾਨੀ ਕਿ ਜ਼ਿਆਦਾ ਲੰਬਾ ਹੋ ਜਾਏਗਾ ਇਸ ਲਈ ਅਸੀਂ ਥੋੜਾ ਜਿਹਾ 19 20 ਦਾ ਫਰਕ 1/2 ਇੰਚ ਦਾ ਫਰਕ ڈال ਕੇ ਤੁਹਾਨੂੰ ਕੰਮ ਕੱਢ ਲਾਂਗੇ ਜਿੰਨਾਂ ਕੁ ਮੈਂ ਡਾਲ ਰਹੀਆਂ ਤੁਹਾਨੂੰ ਜਿੰਨੀ ਦੀ ਜ਼ਰੂਰਤ ਹੋਏਗੀ ਉਹਨਾਂ ਤੁਸੀਂ ਯਾਨੀ ਕਿ ਮੈਂ ਉੱਪਰ ਜਿਹੜੇ ਗਲੇ ਦੀ ਗੁਲਾਈ ਕੀਤੀ ਹੈ ਨਾ ਉਦੋਂ ਤੱਕ ਕਿ ਨੋ ਮਿਲਾ ਲਾਂਗੇ ਨਿਸ਼ਾਨ ਨੂੰ ਤੇ ਮਿਲਾ ਕੇ ਦੀ ਕਟਿੰਗ ਕਰਨ ਲਾਂਗੇ ਮੈਂ ਵੀਡੀਓ ਬਹੁਤ ਸਲੋ ਬਣਾਈ ਹੈ ਤਾਂ ਕਿ ਤੁਹਾਨੂੰ ਸਮਝ ਆ ਸਕੇ ਐਵੇਂ ਬਣ ਕੇ ਕੋਸ਼ਿਸ਼ ਕਰਨਾ ਹੋਏਗਾ ਨੈਨੋ ਅਟੈਚ ਕਰਨੀਆਂ ਕੱਪੜੇ ਤੇ ਇਹ ਦੇਖੋ ਇਹ ਗਲੂ ਸਟਿਕ ਦੇ ਨਾਲ ਤੁਸੀਂ ਨੈਨੋ ਇਸ ਤਰ੍ਹਾਂ ਕੱਪੜੇ ਨੂੰ ਅੰਦਰ ਨੂੰ ਫੋਲਡ ਕਰ ਲੈਣਾ ਹੈ ਇਹ ਦੀ ਸਾਰੀਆਂ ਜਿਹੜੀਆਂ ਸਾਈਡਾਂ ਨੇ ਤੁਸੀਂ ਫੋਲਡ ਕਰ ਲੈਣੀਆਂ ਨੇ ਗਲੂ ਸਟਿਕ ਦੇ ਨਾਲ ਇਹ ਹੀ ਸ਼ਰਟ ਦੇ ਉੱਤੇ ਡਾਇਰੈਕਟ ਇਨੂੰ ਯਾਨੀ ਕਿ ਚਿਪਕਾ ਲਿਆ ਗਾ ਹੈ ਗਲੇ ਨੂੰ ਕੰਡੂ ਇਸੇ ਮੈਂ ਯਾਨੀ ਕਿ ਕਪੜੇ ਦੇ ਉਤੇ ਤੁਸੀਂ ਇਸ ਤਰ੍ਹਾਂ ਗਲੇ ਨੂੰ ਚੱਕਾ ਲੈਣਾ ਜਿਹੜਾ ਦਰਮਿਆਨ ਚ ਨਿਕਲਿਆ ਹੀ ਤਾਂ ਜਿਹੜਾ ਸਾਈਡਾਂ ਤੇ ਕਪੜਾ ਨਾਲ ਵੀ ਤੁਸੀਂ ਗਲੂ ਸਟ੍ਰੀਪ ਦੇ ਨਾਲ ਨਾਲ ਇਹਨੂੰ ਕਵਰ ਕਰ ਲੈਣਾ ਵਾ ਅੱਛੀ ਤਰ੍ਹਾਂ ਯਾਨੀ ਕਿ ਨੀਟ ਬਿਲਕੁਲ ਹੋਏ ਇਹ ਦੇਖੋ ਇਹ ਹਾਫ ਇੰਚ ਦੀ ਜਿਹੜੀ ਹੈ ਨਾ ਹਾਫ ਨਹੀਂ ਬਲਕਿ 1 ਇੰਚ ਹੈ ਤਕਰੀਬਨ ਜਿਹੜੀ ਮੈਂ ਜ਼ਿਆਦਾ ਲਗਾ ਕੇ ਨਾ ਲੰਬਾਈ ਇਹਦੀ ਕੀਤੀ ਹੈ ਤੇ ਤੁਸੀਂ ਵੀ ਇਹਦੀ ਜਿਹੜੀ 1 ਇੰਚ ਦੀ ਐਕਸਟਰਾ ਲਗਾ ਕੇ ਤੇ ਫਿਰ ਇਹਨੂੰ ਕਪੜੇ ਦੇ ਨਾਲ ਅਟੈਚ ਕਰਨਾ ਹੈ ਏ ਦੇਖੋ ਮੈਂ ਤਾਂ ਰੱਖ ਕੇ ਦਿਖਾਨੀ ਆ ਕਿ ਅਗਰ ਮੈਂ ਉਹ ਨੂੰ ਉਹ 1/2 ਇੰਚ ਜਿਹੜੀ ਇਹ ਲਗਾਈਏ ਨਾ 1 ਇੰਚ ਹੋ نیچے ਚਲੀ ਜਾਏਗੀ ਫਿਰ ਬਿਲਕੁਲ ਸੜਾ ਗਲਾ ਜਿਹੜਾ ਉਹ ਸੈਟ ਆਏਗਾ ਅਗਰ ਮੈਂ ਉਹ ਨਾਲ ਲਗਾਂਦੀ ਤੇ ਯਾਨੀ ਕਿ ਨਹੀਂ ਸਹੀ ਰਹਿਣਾ ਉਹ ਪੂਰਾ ਪੂਰਾ ਹੋ ਨਹੀਂ ਤੇ ਇਸ ਲਈ ਸਹੀ ਨਹੀਂ ਰਹਿਣਾ ਐ ਜੜੀ ਯਾਨੀ ਕਿ ਦੀ ਚੌੜਾਈ ਜ਼ਿਆਦਾ ਹੈ ਡੀ ਸੈਂਟਰਲ ਹੈ ਇਸ ਲਈ ਛੋਟੇ ਛੋਟੇ ਕੱਟ ਲਗਾ ਲਾਂਗੇ ਇਹਦੇ ਨਾਲ ਫਿਰ ਇਹ ਹੁੰਦਾ ਕਿ ਚੇਪੀ ਦੀ ਜਿਹੜੀ ਫੋਲਡਿੰਗ ਹੁੰਦੀ ਹੈ ਨਾ ਬੜੀ ਅੱਛੀ ਹੋਈ ਜਾਂਦੀ ਹੈ ਇਹ ਦੇਖੋ ਜਿਸਰਾ ਮੈਲ ਗਾਇਨੇਸ ਨੂੰ ਤੁਸੀਂ ਲਗਾ ਲੈਨੇ ਬਿਲਕੁਲ ਛੋਟੇ ਛੋਟੇ ਫਿਰ ਇਸ ਤਰ੍ਹਾਂ ਰੱਖ ਕੇ ਤੁਸੀਂ ਬਿਲਕੁਲ ਕਿਨਾਰੇ ਤੇ ਲਗਾਉਂਦੇ ਹੋਆ ਸਲਾਈ ਨੂੰ ਜੇ ਵੀ ਨੋ ਲੈਸ ਨੂੰ ਕਵਰ ਕਰ ਦਿਆ ਜਾਣਾ ਹੈ ਤੇ ਐ ਯਾਨੀ ਕਿ ਤੁਸੀਂ ਇਥੋਂ ਤੱਕ ਕਟਿੰਗ ਕਰ ਲੈਣੀ ਹੈ ਇਹ ਦੇ तकरीबन 1 ਇੰਚ ਜਿਆਦਾ ਕਰੋ ਤਾਂ ਕਿ نیچے اچھی طرح ਆ ਜਾਏ ਹੁਣ ਅਸੀਂ ਇਹਦੇ نیچے ਹੀ ਦੂਸਰੀ ਜਿਹੜੀ ਲੈਸ ਆ ਸਾਡੀ ਉਹਨੂੰ ਵੀ ਇਹੀ ਰੱਖ ਕੇ ਤੇ ਫਿਰ ਇਸ ਤਰ੍ਹਾਂ ਹੀ ਦੂਸਰੀ ਸਾਈਡ ਵੱਲੋਂ ਅਟੈਚ ਕਰ ਲਾਵਾਂਗੇ ਯਾਨੀ ਕਿ ਜਿਹੜੀ ਲੰਬਾਈ ਦੀ ਰੋਖ ਹੈ ਉਸ ਸਾਈਡ ਵੱਲੋਂ ਇਹਨੂੰ ਅਟੈਚ ਕਰ ਲਾਂਗੇ ਦੋਨਾਂ ਸਾਈਡਾਂ ਤੋਂ ਇਸੇ ਤਰ੍ਹਾਂ ਤੁਸੀਂ ਚਿਪੀ ਲਗਾ ਕੇ ਸੈਂਟਰ ਲੈਸ ਜਿਹੜੀ ਹੈ ਅਟੈਚ ਕਰ ਲੈਣੀ ਹੈ ਇਸ ਰਹੀ ਪਹਿਲੀ ਸਾਈਡ ਨੂੰ ਕੰਪਲੀਟ ਕੀਤਾ ਹੈ ਇਸ ਰਹੀ ਦੂਸਰੀ ਸਾਈਡ ਵੱਲ ਨੂੰ ਕੰਪਲੀਟ ਕਰਕੇ ਤੇ ਜਿਹੜਾ ਸ਼ਰਟ ਦੇ ਨਾਲ ਗਲੇ ਨੂੰ ਅਟੈਚ ਕੀਤਾ ਉਹਦੇ ਨਾਲ ਇਹਨੂੰ ਹੀ ਅਟੈਚ ਕਰਾਂਗੇ ਇਹ ਦੇਖੋ ਜੀ ਇਹ ਬਣ ਕੇ ਤਿਆਰ ਹੈ ਇਹ ਦੇਖੋ ਜਿਹੜੇ ਕੋਨੇ ਨੇ ਨਾ ਦੋਨਾਂ ਦੇ ਆਮਨੇ ਸਾਹਮਨੇ ਆਨੇ ਚਾਹੀਦੇ ਨੇ ਬਸ ਤੁਸੀਂ ਕੋਨੇ ਜਿਹੜੇ ਨੇ ਉਹਨਾਂ ਨੂੰ ਦੇਖ ਲੈਣ ਰੱਖ ਕੇ ਆਪਣੇ ਸਾਹਮਣੇ ਆਨੇ ਚਾਹੀਦੇ ਨੇ ਤਾਂ ਉਹਨਾਂ ਨੂੰ ਸਲਾਈ ਆਪਣੀ ਲਗਾਨੀ ਸਟਾਰਟ ਕਰਨੀ ਹੈ ਸਲਾਈ ਬਿਲਕੁਲ ਕਿਨਾਰੇ ਤੇ ਲਗਾਨੀ ਹੈ ਮੈਂ ਬਹੁਤ ਸলো ਲਗਾਇਆ ਸੀ ਇਸ ਲਈ ਕਿ ਯਾਨੀ ਕਿ ਇੱਕ ਦੇ ਕਿਨਾਰੇ ਤੇ ਸਲਾਈ ਹੁੰਦੀ ਹੈ نیچے ਸ਼ਟਲ ਦੀ ਸੀ ਇੰਟਰ ਲੇਸ ਹੁੰਦੀ ਹੈ ਤੇ ਉਹ ਨਾ ਫਿਸਲ ਜਾਂਦੀ ਹੈ ਇਸ ਲਈ ਤੁਸੀਂ ਵੀ ਸলো ਹੀ ਲਗਾਇਓ ਮੈਂ ਬਸ ਇਹ ਵਾ ਕਿ ਮੈਂ ਵੀਡੀਓ ਚ ਦੀ ਥੋੜੀ ਸਪੀਡ ਜ਼ਿਆਦਾ ਕੀਤੀ ਤਾਂ ਇਹ ਲੋਕ ਬੋਰ ਨਾ ਹੋਵੋ ਇੱਕ ਦੇ ਕੰਮ ਜਲਦੀ ਨਾ ਨਾ ਹੁੰਦਾ ਤੇ ਜਲਦੀ ਬੰਦੇ ਨਾ ਬਹੁਤ ਜਲਦੀ ਆ ਕੇ ਜਾਣੇ ਤੇ ਛੱਡ ਜਾਣੇ ਆ ਇਹ ਦੇਖੋ ਉਪਰੋਂ ਵੀ ਤੁਸੀਂ ਨਾ ਦੋਨੋਂ ਕੋਨਿਆਂ ਨੂੰ ਦੇਖ ਲੈਣਾ ਤੇ ਫਿਰ ਤੁਸੀਂ ਸਲਾਈ ਲਗਾਨੀ ਨੀਚੋਂ نیچے ਵਾਲੀ ਜਿਹੜੀ ਮੈਂ ਹੁਣ ਸਲਾਈ ਲਗਾ ਰਹੀ ਆ ਨੰਨ ਲਗਾਉਣਾ ਸਟਾਰਟ ਕਰਨਾ ਹੈ ਕਮੈਂਟ ਵਿੱਚ ਤੁਸੀਂ ਵੀ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਹੈ ਗਲਾ ਬਹੁਤ ਅੱਛਾ ਬਣ ਕੇ ਤਿਆਰ ਹੋਇਆ ਏ ਜੀ ਖਾਸੀ ਮਿਹਨਤ ਲੱਗ ਗਈ ਮੇਰੇ ਯਾਨੀ ਕਿ ਦੇਖਣ ਚ ਬਹੁਤ ਸਿੰਪਲ ਲੱਗ ਰਹੀ ਪਰ ਬਣਾਉਂ ਚ ਥੋੜਾ ਮੁਸ਼ਕਿਲ ਸੀ ਕਿਉਂਕਿ ਮੈਨੂੰ ਸ਼ਾਇਦ ਮੁਸ਼ਕਿਲ ਇਸ ਲਈ ਲੱਗਿਆ ਕਿ ਮੈਂ ਫਸਟ ਟਾਈਮ ਬਣਾ ਰਹੀ ਸਾਂ ਅੱਛਾ ਜੀ ਅਸਾਂ ਰੱਖ ਕੇ ਨਾ ਹੋਈ ਜਿਸ ਤਰ੍ਹਾਂ ਮੈਂ ਗਲੇ નીચે ਐਕਸਟਰਾ ਕਪੜੇ ਰੱਖਿਆ ਰੱਖ ਕੇ ਤੇ ਤੁਸੀਂ ਗਲੇ ਦੇ ਨਾਲ ਚੇਪੀ ਦੇ ਨਾਲ ਨਾਲ ਸਿਲਾਈ ਲਗਾ ਲੈਣੀ ਐ ਐਕਸਟਰਾ ਜਿਹੜੀ ਲੈਸ ਆ ਨੂੰ ਕਟਿੰਗ ਕਰ ਦੇਣਾ ਐਸ ਤਰ੍ਹਾਂ ਤੁਸੀਂ ਯਾਨੀ ਕਿ ਪੂਰੇ ਗਲੇ ਦੀ ਜਿਹੜੀ ਇਹ ਸਲਾਈ ਨੂੰ ਕੰਪਲੀਟ ਕਰ ਲੈਣਾ ਹੈ ਕੰਪਲੀਟ ਕਰਕੇ درمیان ਚ ਐਕਸਟਰਾ ਜਿਹੜਾ ਕਪੜਾ ਹੈ ਉਹਨੂੰ ਉਹਨੂੰ ਕਟਿੰਗ ਕਰਕੇ ਕੱਢ ਦੇਣਾ ਹੈ اچھا اچھا جہاں کونیا کپڑا جس طرح میں فولڈ کیا اس طرح تو ہی کر کے اگر کرو گے تو کونے بہت اچھے نکل دیں ہیں میں جڑا نیچے کپڑا لگا ہی زیادہ لگا ہی تاکہ جڑی سینٹر لس ہے وہ نیچے بھی ہے کپڑا آ جائے تو وہ کور ہو جائے پھر لیندھ فچ بھی دوسری یعنی کہ نیچے جوڑ ڈال کے تو وہ کپڑا لگا لینے تاکہ جڑی سینٹر لس ہے نا وہ بھی نیچے نظر نہ آئے اے دیکھو جی بن کے کنا زبردست لگ رہا ہے یہ بھی اپنی رائے ضرور کومنٹ ویچ بچوں کس طرح کا لگیا ملیا نیکسٹ ویڈیو اپنا خیال رکھے اللہ حافظ